ਹੈਲੋ ਗਾਇਜ਼, ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਮਸਤੇ, ਰਾਮ ਰਾਮ ਭਾਈ ਸਾਰਿਆਂ ਨੇ, ਸਲਾਮ ਵਾਲੇਕੁਮ। ਸੋ ਅੱਜ ਸਾਡਾ ਨੈਕਸਟ ਵਲੌਗ ਆ, ਅਸੀਂ ਗਰੋਸਰੀ ਸ਼ੋਪਿੰਗ ਕਰਨੀ ਆ। ਸੋ ਗਰੋਸਰੀ ਸ਼ੋਪਿੰਗ ਨਹੀਂ, ਗਰੋਸਰੀ ਕਰਨ ਜਾਣਾ। ਸੋ ਲੈਟਸ ਗੈਟ ਸਟਾਰਟਡ। ਸੋ ਹੁਣ ਅਸੀਂ ਘਰ ਤੋਂ ਨਿਕਲ ਗਏ ਸੀਗੇ, ਅੱਜ ਮੀਂਹ ਬਹੁਤ ਪੈਂਦਾ ਸੀਗਾ ਅਤੇ ਅੱਜ ਤੋਂ ਸਾਡੇ ਇੱਥੇ ਠੰਡ ਹੋ ਗਈ ਆ ਆਸਟ੍ਰੇਲੀਆ 'ਚ। ਅਤੇ ਹੁਣ ਮੈਂ ਟਾਈਮ ਲੈਪਸ ਲਾ ਰਹੀ ਹਾਂ, ਅੱਗੇ ਆਪਾਂ ਚੱਲਦੇ ਹਾਂ ਮਾਰਕੀਟ ਪਲੇਸ 'ਤੇ, ਜਾ ਕੇ ਉੱਥੇ ਦੇਖਦੇ ਹਾਂ ਆਪਾਂ ਗਰੋਸ। ਕੈਨਬਰਾ ਦੀ ਲਾਈਟ ਰੇਲ ਟਰਾਂਸਪੋਰਟ ਆ, ਜਿਹੜੀ ਕਿ ਗੰਗਾਲਨ ਟੂ ਸਿਟੀ ਚੱਲਦੀ ਆ ਅਤੇ ਸਿਟੀ ਤੋਂ ਗੰਗਾਲਨ ਆਉਂਦੀ ਆ। ਇਹਦੇ ਵਿੱਚ ਟਰੈਵਲ ਕਰਨ ਲਈ ਤੁਹਾਨੂੰ TC ਕਾਰਡ ਚਾਹੀਦਾ ਹੁੰਦਾ। ਜੇ ਅਸੀਂ ਪਹੁੰਚ ਗਏ ਸੀਗੇ ਪਾਰਕਿੰਗ ਦੇ ਵਿੱਚ, ਇੱਥੋਂ ਅਸੀਂ ਫਰੀ ਟਿਕਟ ਪਾਰਕਿੰਗ ਟਿਕਟ ਲਈ, ਜਿਹੜੀ ਕਿ 2 hours ਲਈ ਵੈਲਿਡ ਹੁੰਦੀ ਆ, 2 hours ਫਰੀ ਪਾਰਕਿੰਗ ਹੁੰਦੀ ਆ। ਹੁਣ ਅਸੀਂ ਕਾਰ ਪਾਰਕ ਕਰਾਂਗੇ ਐਂਡ ਦੈਨ ਫਿਰ ਉੱਤੇ ਜਾਵਾਂਗੇ। ਇਹ ਇੱਥੋਂ ਅਸੀਂ ਫਿਰ ਉੱਤੇ ਚੱਲੇ ਸੀਗੇ ਵੂਲਵਰਸ 'ਚ, ਬਿਕੋਜ਼ ਅਸੀਂ ਵੂਲਵਰਸ 'ਚੋਂ ਅੱਧਾ ਸਟੱਫ ਲੈਣਾ ਸੀ ਅਤੇ ਅੱਧਾ ਸਟੱਫ ਅਸੀਂ ਇੰਡੀਅਨ ਗਰੋਸਰੀ ਤੋਂ ਲੈਣਾ ਸੀਗਾ। ਇੱਥੇ ਅਸੀਂ ਥੋੜ੍ਹੀ ਜਿਹੀ ਐਲਤਾ ਕੀਤੀਆਂ ਅਤੇ ਹੁਣ ਅਸੀਂ ਚੱਲਦੇ ਹਾਂ ਟਰੋਲੀ ਲੈਂਦੇ ਹਾਂ। ਇੱਥੇ ਓਪਟਸ, ਟਬੈਕੋ ਸ਼ੋਪ, ਬਟਰਫਲਾਈਜ਼, ਜੂਸ ਸ਼ੋਪ, ਸਾਰਾ ਕੁਛ ਉਸ ਮਾਰਕੀਟ ਪਲੇਸ 'ਚ ਹੀ ਆ। KMart ਵੀ ਇਸੀ ਮਾਰਕੀਟ ਪਲੇਸ 'ਚ ਆ। ਅਤੇ ਹੁਣ ਮੈਂ ਜਾ ਰਹੀ ਸੀਗੀ ਟਰੋਲੀ ਲੈਣ ਅਤੇ ਆ ਗੋਰੀ ਮੇਰੇ ਵਿੱਚ ਭਿੜਨ ਵਾਲੀ ਸੀਗੀ ਅਤੇ ਅਸੀਂ ਇੱਕ ਦੂਜੇ ਨੂੰ ਸੋਰੀ ਕਿਹਾ ਐਂਡ ਦੈਨ ਮੈਂ ਚੱਲ ਗਈ ਆਪਣਾ ਟਰੋਲੀ ਪਿੱਕ ਕਰਨ। ਲੱਕੀਲੀ ਮੈਨੂੰ ਟਰੋਲੀ ਮਿਲ ਗਈ ਕਿਉਂਕਿ ਵੀਕਐਂਡ ਸੀਗਾ, ਵੀਕਐਂਡ ਬਹੁਤ ਬਿਜ਼ੀ ਹੁੰਦਾ, ਬਟ ਮੈਨੂੰ ਟਰੋਲੀ ਮਿਲ ਗਈ ਸੀ। ਸੋ ਇੱਥੋਂ ਅਸੀਂ ਆਹ ਵਾਲੀ ਟਰੋਲੀ ਲਈ ਅਤੇ ਆਹ ਟਰੋਲੀ ਦੇ ਵਿੱਚ ਕੁਛ ਸਮਾਨ ਪਿਆ ਹੋਇਆ ਸੀਗਾ ਅਤੇ ਰਬਿਸ਼ ਸੀਗਾ, ਅਤੇ ਆਪਾਂ ਫਿਰ ਸੋਚਿਆ ਦੂਸਰੀ ਟਰੋਲੀ ਲੈਂਦੇ ਹਾਂ। ਦੈਨ ਅਸੀਂ ਟਰੋਲੀ ਲੈ ਕੇ ਹੁਣ ਅੰਦਰ ਜਾ ਰਹੇ ਸੀਗੇ। ਆਓ ਚੱਲੀਏ। ਇੱਥੇ ਸਾਰਾ ਵੈਜੀਟੇਬਲ ਸੈਕਸ਼ਨ ਆ। ਸੋ ਅਸੀਂ ਇੱਥੋਂ ਬੰਦ ਗੋਭੀ ਲਈ ਸੀ, ਜਿਹੜੀ ਕਿ ਕੈਬੇਜ, ਅਤੇ ਉਹ ਕਿਉਂਕਿ ਅਸੀਂ ਮੋਮੋਸ ਬਣਾਉਣੇ ਸੀਗੇ ਤਾਂ ਅਸੀਂ ਕੈਬੇਜ ਲਈ, ਆਹ ਦੀਦੀ ਮੈਨੂੰ ਕੈਬੇਜ ਦਿਖਾਉਂਦੀ ਆ। ਐਂਡ ਇਹ ਤੋਂ ਬਾਅਦ ਅਸੀਂ ਫਰੂਟਸ ਲੈਣੇ ਸੀ। ਸੋ ਅਸੀਂ ਸਭ ਤੋਂ ਜ਼ਿਆਦਾ ਪਲਮਸ ਖਾਂਦੇ ਹਾਂ, ਸੋ ਅਸੀਂ ਪਲਮਸ ਲਏ, ਬਲੈਕ ਪਲਮਸ, ਇਹ ਬੜੇ ਸਵਾਦ ਹੁੰਦੇ ਆ। ਸੋ ਅਸੀਂ ਇੱਥੋਂ ਬਲੈਕ ਪਲਮਸ ਲੈ ਰਹੇ ਸੀਗੇ ਐਂਡ ਉਸ ਤੋਂ ਬਾਅਦ ਅਸੀਂ ਐਪਲ ਵੀ ਲੈਣੇ ਸੀਗੇ, ਐਪਲ ਐਂਡ ਗਰੇਪਸ। ਸੋ ਹੁਣ ਅਸੀਂ ਅੱਗੇ ਜਾ ਰਹੇ ਸੀਗੇ, ਆ ਪੂਰਾ ਫਰੂਟ ਐਂਡ ਵੈਜੀਟੇਬਲਸ ਦਾ ਸੈਕਸ਼ਨ ਆ। ਸੋ ਇੱਥੇ ਸਾਰੇ ਵੈਜੀਟੇਬਲਸ ਮਿਲ ਜਾਂਦੀਆਂ ਨੇ ਅਤੇ ਹੁਣ ਇਹ ਨਟਸ ਦਾ ਐਕਸਟਰਾ ਸੈਕਸ਼ਨ ਐਡ ਹੋਇਆ ਹੋਇਆ, ਜਿਹੜਾ ਕਿ ਫਰੂਟ ਵੈਜੀਟੇਬਲ ਦੇ ਨਾਲ ਹੀ ਆ। ਇੱਥੋਂ ਅਸੀਂ ਹੋਰ ਫਰੂਟਸ ਦੇਖਦੇ ਸੀਗੇ ਤਾਂ ਅਸੀਂ ਇੱਥੋਂ ਐਪਲ ਲੈਣੇ ਸੀ, ਅਸੀਂ ਐਪਲ ਲਏ, ਰੋਇਲ ਗਾਲਾ ਐਪਲਸ, ਜਿਹੜੇ ਕਿ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਆ ਅਤੇ ਸਾਰੇ ਉਹੀ ਖਾਂਦੇ ਆ, ਆਪਾਂ ਵੀ ਉਹੀ ਲਏ। ਅਤੇ ਇੱਥੇ ਸੀਰਤ ਗਈ ਬਨਾਨਾ ਲੈਣ ਕਿਉਂਕਿ ਵੂਲਵਰਸ ਦਾ ਇੱਕ ਚੀਜ਼ ਸਭ ਤੋਂ ਵਧੀਆ, ਇਹ ਫਰੀ ਫਰੂਟਸ ਦਿੰਦਾ ਕਿਡਸ ਨੂੰ ਐਂਡ ਚਿਲਡਰਨਸ ਨੂੰ, ਤਾਂ ਸੀਰਤ ਨੇ ਆਪਣਾ ਫਰੀ ਫਰੂਟ ਲੈ ਲਿਆ ਸੀ। ਹਿਣ ਉੱਥੋਂ ਬਾਅਦ ਅਸੀਂ ਅੱਗੇ ਗਏ, ਇਹ ਤੋਂ ਬਾਅਦ ਪਿਆਜ਼ ਅਤੇ ਆਲੂ ਲੈਣੇ ਸੀ, ਅਸੀਂ ਉਹ ਲੈ ਲਏ ਐਂਡ ਦੈਨ ਨੈਕਸਟ ਸੈਕਸ਼ਨ 'ਚ ਗਏ, ਜਿਹੜਾ ਕਿ ਇੰਡੀਅਨ ਸੈਕਸ਼ਨ ਹੁੰਦਾ, 8 number aisle,
ਏਸ਼ੀਅਨ ਸੈਕਸ਼ਨ, ਉੱਥੋਂ ਅਸੀਂ ਦਾਲਾਂ ਲਈਆਂ ਅਤੇ ਇੱਥੋਂ ਮਸਾਲੇ ਵੀ ਮਿਲ ਜਾਂਦੇ ਆ। ਇੱਥੇ ਸੀਤ ਨੇ ਜਿਹੜਾ ਕਿ ਫ੍ਰੀ ਫਰੂਟ ਲਿਆ ਸੀਗਾ ਉਹ ਇੱਥੇ ਖਾਣਾ ਸ਼ੁਰੂ ਕਰਤਾ, ਐਂਡ ਦੈਨ ਹੁਣ ਅਸੀਂ ਅਗਲੀ ਆਇਲ 'ਤੇ ਜਾ ਰਹੇ ਸੀਗੇ ਸਮਾਨ ਲੈਣ। ਸੋ ਹੁਣ ਨੈਕਸਟ ਆਇਲ ਸੀਗੀ ਜਿੱਥੇ ਕਿ ਵਾਟਰ ਐਂਡ ਸੋਫਟ ਡਰਿੰਕਸ ਮਿਲਦੀਆਂ ਨੇ। ਸੋ ਇੱਥੇ ਅਸੀਂ ਕੋਕ ਲੈਣੀ ਸੀਗੀ, ਸੋ ਆਪਾਂ ਇੱਥੋਂ ਕੋਕ ਲੈ ਲਈ, ਐਂਡ ਸਾਰੇ ਜਿਹੜਾ ਕਿ ਮਤਲਬ ਡਿਫਰੈਂਟ ਜਿਹੜੀ ਵੀ ਸੋਫਟ ਡਰਿੰਕਸ ਆ ਏਸੀ ਆਇਲ ਦੇ ਵਿੱਚ ਹੁੰਦੀ ਆ। ਐਂਡ ਇਹ ਤੋਂ ਬਾਅਦ ਅਸੀਂ ਬੇਕਰੀ ਸੈਕਸ਼ਨ 'ਚ ਗਏ, ਉੱਥੋਂ ਬ੍ਰੈਡ ਲੈਣੀ ਸੀਗੀ। ਇਹ ਤੋਂ ਬਾਅਦ ਅਸੀਂ ਫਿਰ ਇੰਡੀਅਨ ਸੈਕਸ਼ਨ 'ਚ ਆ ਗਏ ਕਿਉਂਕਿ ਅਸੀਂ ਕੁਛ ਭੁੱਲ ਗਏ ਸੀ ਸਮਾਨ ਲੈਣਾ, ਫਿਰ ਅਸੀਂ ਉਹ ਲੈਣ ਲੱਗ ਪਏ। ਐਂਡ ਇੱਥੇ ਸਾਰਾ ਕੁਛ ਹੀ ਮਿਲ ਜਾਂਦਾ ਜਿਹੜਾ ਵੀ ਇੰਡੀਅਨ ਸਟੱਫ ਚਾਹੀਦਾ ਹੁੰਦਾ, ਜਿਹੜੇ ਮਸਾਲੇ ਚਾਹੀਦੇ ਹੁੰਦੇ ਆ ਉਹ ਵੀ ਇੱਥੇ ਨੇ। ਜੇ ਦਾਲ ਆ ਉਹ ਵੀ ਮਿਲ ਜਾਂਦੀ ਆ, ਦਾਲ, ਰਾਈਸ, ਨੂਡਲਸ, ਇਹ ਸਾਰਾ ਕੁਛ ਇੰਡੀਅਨ ਆਇਲ ਦੇ ਵਿੱਚ ਮਿਲ ਜਾਂਦਾ। ਆਇਲ ਦੇ ਵਿੱਚ ਆਪਾਂ ਨੂੰ ਸਾਰਾ ਇੰਡੀਅਨ ਸਟੱਫ ਮਿਲ ਜਾਂਦਾ, ਇੰਡੀਅਨ ਬਿਸਕਿਟਸ ਮਿਲ ਜਾਂਦੇ ਨੇ, ਪਾਰਲੇ ਜੀ ਬਿਸਕਿਟ ਵੀ ਵੂਲਵਰਸ 'ਚ ਮਿਲ ਜਾਂਦੇ ਆ। ਹੁਣ ਨੈਕਸਟ ਅਸੀਂ ਕੈਂਡ ਫੂਡ ਸੂਪ ਇਹ ਵਾਲੀ ਆਇਲ 'ਚ ਆ ਗਏ ਸੀਗੇ ਕਿਉਂਕਿ ਅਸੀਂ ਕੈਂਡ ਟਮੈਟੋ ਲੈਣੇ ਸੀਗੇ, ਪਿਊਰੀ ਟਮੈਟੋ ਦੀ, ਅਤੇ ਉਹ ਲੈ ਲਿਆ। ਬਾਕੀ ਇੱਥੇ ਸਾਰਾ ਕੁਛ ਹੀ ਮਿਲ ਜਾਂਦਾ, ਕੈਂਡ ਬੀਨਸ ਮਿਲ ਜਾਂਦੀਆਂ ਨੇ, ਅਤੇ ਜਿਹੜਾ ਵੀ ਹੋਰ ਕੈਂਡ ਫੂਡ ਆ ਇੱਥੇ ਸਾਰਾ ਕੁਛ ਅਵੇਲੇਬਲ ਹੁੰਦਾ। ਇਹ ਤੋਂ ਬਾਅਦ ਇਹਦੇ ਵਿੱਚ ਮਸਾਲੇ ਵੀ ਸੀਗੇ, ਨਈ ਚੀਜ਼ ਅਸੀਂ ਦੇਖੀ ਕਿ ਇੱਥੇ ਮਸਾਲੇ ਆਉਣ ਲੱਗ ਪਏ ਛੋਟੀ ਪੈਕਿੰਗ ਦੇ ਵਿੱਚ। ਜਿੱਦਾਂ ਕਿ ਆਪਾਂ ਕੈਂਪਿੰਗ 'ਚ ਜਾਂਦੇ ਹਾਂ ਕਿਤੇ ਜਾਂਦੇ ਹਾਂ ਤਾਂ ਆਪਾਂ ਨੂੰ ਜੇ ਛੋਟੀ ਪੈਕਿੰਗ ਦੇ ਵਿੱਚ ਮਸਾਲੇ ਚਾਹੀਦੇ ਆ ਉਹ ਵੀ ਮਿਲ ਜਾਂਦੇ ਆ ਹਰਬਸ ਐਂਡ ਸਪਾਈਸਿਸ ਦੇ ਵਿੱਚ। ਇਹ ਤੋਂ ਬਾਅਦ ਅਸੀਂ ਉੱਥੋਂ ਥੋੜ੍ਹੀ ਜਿਹੀ ਸਪਾਈਸਿਸ ਵੀ ਚੱਕੀਆਂ ਐਂਡ ਬ੍ਰੈਡ ਕਰੰਪ ਲਿਆ ਕਿਉਂਕਿ ਅਸੀਂ ਸੋਚਿਆ ਸੀ ਕਿ ਘਰ ਜਾ ਕੇ। ਹੁਣ ਅਸੀਂ ਨੈਕਸਟ ਆਇਲ 'ਚ ਚੱਲ ਗਏ ਸੀਗੇ, ਅਤੇ ਆ ਆਇਲ ਦੇ ਵਿੱਚ ਸਾਰੀ ਮੈਡੀਸਨਸ, ਪਰਸਨਲ ਕੇਅਰ ਦਾ ਸਾਰਾ ਸਮਾਨ ਮਿਲ ਜਾਂਦਾ। ਇੱਥੋਂ ਅਸੀਂ ਦੁੱਧ ਲਿਆ ਸੀਗਾ, ਦੁੱਧ ਦੀ 2 ਪੀਪੀਆਂ ਲਈਆਂ ਸੀਗੀਆਂ, ਐਂਡ ਦੈਨ ਇਹ ਤੋਂ ਬਾਅਦ ਇੱਥੋਂ ਆਪਾਂ ਵਾਈਪਸ ਲਏ ਸੀਗੇ। ਅਤੇ ਇੱਥੇ ਸਾਰੀ ਐਮਰਜੈਂਸੀ ਮੈਡੀਕੇਸ਼ਨਸ ਮਿਲ ਜਾਂਦੀਆਂ ਨੇ, ਜਿੱਦਾਂ ਕਿ ਫੀਵਰ ਲਈ, ਪੇਨ ਲਈ। ਸੋ ਇੱਥੇ ਆਹ ਸਾਰੀ ਮੈਡੀਸਨਸ ਅਵੇਲੇਬਲ ਨੇ ਜਿਹੜੇ ਕਿ ਵਿਦਆਊਟ ਪ੍ਰਸਕ੍ਰਿਪਸ਼ਨ ਤੁਹਾਨੂੰ ਮਿਲ ਜਾਂਦੀਆਂ ਨੇ। ਆਹ ਸਾਰਾ ਸੈਕਸ਼ਨ ਸੀਗਾ ਜਿਹਦੇ ਵਿੱਚ ਸ਼ੈਂਪੂ ਸੀਗੇ, ਅਤੇ ਤੁਸੀਂ ਕੋਈ ਵੀ ਸ਼ੈਂਪੂ ਲੈ ਸਕਦੇ ਆ। ਐਂਡ ਜਿਹੜੇ ਯੈਲੋ ਟੈਗਸ ਨੇ ਇਹ ਮੀਨਸ ਇਹ ਔਨ ਸਪੈਸ਼ਲ ਆ ਅਤੇ ਲੈਸ ਪ੍ਰਾਈਜ਼ ਦੇ ਵਿੱਚ ਨੇ। ਸੋ ਆਪਾਂ ਇੱਥੇ ਸਾਰਾ ਕੁਛ ਐਕਸਪਲੋਰ ਕੀਤਾ, ਇੱਥੇ ਸਾਰੇ ਹੇਅਰ ਕਲਰਸ ਵੀ ਸੀਗੇ। ਹੁਣ ਮੈਂ ਟਾਈਮ ਲੈਪਸ ਲਾ ਰਹੀ ਹਾਂ, ਤੁਸੀਂ ਸਾਰਾ ਦੇਖ ਸਕਦੇ ਆ ਹੋਰ ਵੀ ਸੈਕਸ਼ਨਸ, ਐਂਡ ਦੈਨ ਫਿਰ ਤੁਹਾਨੂੰ ਲਾਸਟ 'ਚ ਮਿਲਦੀ ਹਾਂ। ਅਸੀਂ ਇਸ ਆਇਲ ਦੇ ਵਿੱਚ
ਮੋਪ ਦੇਖਦੇ ਸੀਗੇ। ਇੱਥੋਂ ਆਪਾਂ ਨੂੰ ਬਿਨ ਬੈਗਸ ਮੋਪ ਸਾਰਾ ਕੁਛ ਮਿਲ ਜਾਂਦਾ, ਜਿਹੜਾ ਵੀ ਡਸਟਿੰਗ ਦਾ ਸਮਾਨ ਹੁੰਦਾ ਉਹ ਇਸ ਆਇਲ ਦੇ ਵਿੱਚ ਮਿਲ ਜਾਂਦਾ। ਸੋ ਇੱਥੋਂ ਮੋਪ ਦੇਖਦੇ ਸੀਗੇ ਕਿ ਸਾਨੂੰ ਕੋਈ ਵਧੀਆ ਮੋਪ ਮਿਲ ਜਾਵੇ, ਤਾਂ ਅਸੀਂ ਮੋਪ ਵੀ ਬਾਏ ਕਰਨਾ ਸੀ ਤਾਂ ਅਸੀਂ ਇੱਥੋਂ ਮੋਪ ਲਿਆ। ਇੱਥੇ ਸਾਰਾ ਫਲਾਵਰਸ, ਫਰੈਸ਼ ਫਲਾਵਰਸ ਪਏ ਹੁੰਦੇ ਆ, ਐਂਡ ਇਹ ਹਜੇ ਵੀ ਈਸਟਰ ਦੇ ਐਗਸ ਐਂਡ ਚੋਕਲੇਟਸ ਹਜੇ ਵੀ ਇੱਥੇ ਪਈਆਂ ਹੋਈਆਂ ਨੇ ਕਿਉਂਕਿ ਇਹ ਲੋਅ ਪ੍ਰਾਈਜ਼। ਅਸੀਂ ਆਲਮੋਸਟ ਸਮਾਨ ਲੈ ਚੁੱਕੇ ਸੀਗੇ, ਅਸੀਂ ਇੰਡੀਅਨ ਗਰੋਸਰੀ ਚਲ ਗਏ, ਉੱਥੋਂ ਅਸੀਂ 3 ਸਮਾਨ ਲੈਣਾ ਸੀ, ਉਹ ਲੈ ਕੇ ਹੁਣ ਅਸੀਂ ਪਾਰਕਿੰਗ 'ਚ ਜਾ ਕੇ ਆਪਣੀ ਕਾਰ 'ਚ ਸਾਰਾ ਸਮਾਨ ਅਨਲੋਡ ਕੀਤਾ, ਐਂਡ ਦੈਨ ਹੁਣ ਤੁਹਾਨੂੰ ਘਰ ਜਾ ਕੇ ਮਿਲਦੇ ਹਾਂ। ਹੁਣ ਅਸੀਂ ਘਰ ਪਹੁੰਚ ਗਏ ਸੀਗੇ ਅਤੇ ਬਸ ਹੁਣ ਅਸੀਂ ਸਮਾਨ ਕੱਢਣਾ ਸੀਗਾ ਸਾਰਾ, ਅਤੇ ਹੁਣ ਸਮਾਨ ਕੱਢ ਕੇ ਮਿਲਦੇ। ਸੋ ਆਹੀ ਸੀ ਸਾਡੀ ਗਰੋਸਰੀ ਵਲੌਗ ਟੂਡੇ। ਹੁਣ ਆਪਾਂ ਤੁਹਾਨੂੰ ਨੈਕਸਟ ਵੀਡੀਓ 'ਚ ਮਿਲਦੇ ਹਾਂ। ਉਸ ਟਾਈਮ ਤੱਕ ਤੁਸੀਂ ਸਾਨੂੰ ਸਪੋਰਟ ਕਰੋ। ਕੀਪ ਲਵਿੰਗ, ਕੀਪ ਸਪੋਰਟਿੰਗ। ਬਾਏ।